ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਬਰਨ ਕੌਰ ਮਾਨ ਪਹਿਲਾਂ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਬੇਰੋਜ਼ਗਾਰੀ ਤੇ ਗਰੀਬੀ ਤੋਂ ਪਿੱਛਾ ਛਡਾਉਂਦੇ 60 ਹੋਰ ਪ੍ਰਵਾਸੀ ਭੂ-ਮਦ ਸਾਗਰ ਦੇ ਰਸਤੇ 'ਚ ਚਲੇ ਗਏ ਮੋਤੀਮੋ ਕੈਨੇਡਾ ਦੇ ਵਿੱਚ ਸ਼ਰਨ ਦਾ ਦਾਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ ਬਾਈਡਨ ਪ੍ਰਸ਼ਾਸਨ ਦੀ ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਹਰ ਖੁੱਲੀ ਸਰਹੱਦ ਦੀ ਨੀਤੀ ਨੂੰ ਸੱਤਾ 'ਚ ਆਉਂਦੇ ਹੀ ਖਤਮ ਕਰ ਦੇਗਾ ਇਹ ਬਿਆਨ ਨੇ ਸਾਕਾ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਤੇ ਤਿੱਖਾ ਹਮਲਾ ਕਰ ਦਿੱਤਾ ਹੈ ਆਪਣੇ ਕਿਰਤ ਬਾਜ਼ਾਰ ਦੀ ਕਮੀ ਨਾਲ ਨਜਿੱਠਣ ਦੇ ਲਈ ਭਾਰਤੀ ਵਿਦਿਆਰਥੀਆਂ ਨੂੰ ਲੁਭਾਏਗੀ ਜਰਮਨੀ ਕੈਨੇਡਾ ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ ਚਿੰਤਾ ਵਿੱਚ ਪਰਿਵਾਰ ਕੈਲੀਫੋਰਨੀਆ ਦੇ ਪ੍ਰੋਪੋਜ਼ੀਸ਼ਨ 47 ਦੇ ਵਿੱਚ ਸੋਧ ਕਰਨ ਦੇ ਲਈ 711 ਮਾਲਕਾਂ ਵੱਲੋਂ 1 ਮਿਲੀਅਨ ਡਾਲਰ 71 ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਬੇਰੋਜ਼ਗਾਰੀ ਅਤੇ ਗਰੀਬੀ ਦੇ ਚੰੰਬੇ ਲੋਕ ਯੂਰਪ ਦੇ ਵੱਲ ਗੈਰ ਕਾਨੂੰਨੀ ਢੰਗ ਨਾਲ ਕਰਦੇ ਤਾਂ ਕੋਸ਼ਿਸ਼ ਭਵਿੱਖ ਬਿਹਤਰ ਬਣਾਉਣ ਦੇ ਲਈ ਨੇ ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਦਾ ਇਸ ਸੁਪਨਾ ਪੂਰਾ ਹੁੰਦਾ ਹੈ ਕਈ ਤਾਂ ਰਸਤੇ ਦੇ ਵਿੱਚ ਹੀ ਜ਼ਿੰਦਗੀ ਤੋਂ ਹੱਥ ਤੋਂ ਵੰਦੇ ਨੇ ਹਜ਼ਾਰਾਂ ਲੋਕ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਯੂਰਪ ਪਾਉਂਦੇ ਨੇ ਇਸ ਸਮੇਂ ਸਮੁੰਦਰੀ ਰਸਤੇ ਭੂਮੱਧ ਸਾਗਰ ਦੀਆਂ ਲਹਿਰਾਂ ਵਿੱਚ ਆਪਣਾ ਵਰਤਮਾਨ ਵੀ ਗਵਾ ਬੈਠੇ ਤੇ ਇਹ ਜਿਹੜਾ ਦੁਬਾਰਾ ਕੰਮ ਹੈ ਹੋਇਆ ਹੈ ਇਹ ਵਰਤਾਰਾ ਜਿਹੜਾ ਇਹ ਦੁਬਾਰਾ ਵਾਪਰਿਆ ਹੈ ਬੀਤੇ ਦਿਨ ਇਟਲੀ ਦੇ ਸਿਚਿਲিয়ান ਲੈਪੈਂਟ ਉਸਾ ਟਾਪੂ ਨੇੜੇ ਲੀਬੀਆ ਤੋਂ ਆ ਰਹੀ ਇੱਕ ਰਬੜ ਦੀ ਟਿਊਬ ਵਾਲੀ ਕਿਸ਼ਤੀ ਵਿੱਚ ਸਵਾਰ 85 ਪ੍ਰਵਾਸੀਆਂ 'ਚੋਂ 60 ਦੀ ਦਰਦਨਾਕ ਮੌਤ ਹੋਣ ਦੀ ਜਿਹੜੀ ਖਬਰ ਮਿਲੀ ਹੈ ਜਦੋਂ ਕਿ ਬਾਕੀ 25 ਲੋਕ ਜਿਹੜੇ ਕਿ ਬਹੁਤ ਹੀ ਤਰਸਯੋਗ ਤੇ ਕਮਜ਼ੋਰੀ ਦੇ ਹਾਲਾਤ ਵਿੱਚ ਸੀ ਉਹਨਾਂ ਨੂੰ ਬਚਾ ਲਿਆ ਕਈ ਇਸ ਘਟਨਾ ਦੇ ਵਿੱਚ ਬਚੇ ਪ੍ਰਵਾਸੀਆਂ ਦੇ ਅਨੁਸਾਰ ਉਹ ਲੋਕ 85 ਲੋਕ ਇੱਕ ਰਬੜ ਦੀ ਬਣੀ ਟਿਊਬ ਵਾਲੀ ਕਿਸ਼ਤੀ ਚ ਲੀਬੀਆ ਦੇ ਜ਼ਾਬੀਆ ਤੋਂ ਕਈ ਦਿਨ ਪਹਿਲਾਂ ਯੂਰਪਲੇ ਰਵਾਨਾ ਹੋਏ ਸੀ ਜਿਨ੍ਹਾਂ ਵਿੱਚ ਕੁਝ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਸੀ ਕਿਸ਼ਤੀ ਜਦੋਂ ਲੀਬੀਆ ਤੋਂ ਚੱਲੀ ਤਾਂ ਕੁਝ ਸਮੇਂ ਬਾਅਦ ਹੀ ਕਿਸ਼ਤੀ ਦੀ ਮੋਟਰ ਖਰਾਬ ਹੋ ਗਈ ਜਿਸ ਕਾਰਨ ਉਹ ਸਮੁੰਦਰ ਵਿੱਚ ਹੀ ਫਸ ਕੇ ਜ਼ਿਆਦਾ ਸਮਾਂ ਸਮੁੰਦਰ ਵਿੱਚ ਰਹਿਣ ਤੇ ਕੁਜ ਨਾ ਖਾਣ ਕਾਰਨ ਕੁਝ ਲੋਕ ਡੀਹਾਈਡਰੇਸ਼ਨ ਦੇ ਸ਼ਿਕਾਰ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਕਿਸ਼ਤੇ ਵਿੱਚ ਸਵਾਰ ਬਹੁਤੇ ਲੋਕਾਂ ਨੇ ਬੇਸ਼ੱਕ ਆਪਣੇ ਸਾਥੀਆਂ ਦੀ ਬਹੁਤ ਦੇਖਭਾਲ ਕੀਤੀ ਪਰ ਅਫਸੋਸ ਬਹੁਤਿਆਂ ਨੇ ਆਪਣੇ ਅੱਖੀ ਆਪਣੇ ਪਿਆਰਿਆਂ ਨੂੰ ਮਰਦੇ ਵੇਖਿਆ ਯੂਰੋਪੀਅਨ ਜਾਰਡੀ ਦੇ ਸਮੁੰਦਰੀ ਜਹਾਜ਼ ਓਸ਼ੀਅਨ ਵਾਈਕਿੰਗ ਨੇ ਜਦੋਂ 25 ਲੋਕਾਂ ਨੂੰ ਸਮੁੰਦਰ ਵਿੱਚ ਦੇਖਿਆ ਤਾਂ ਇਲਾਜ ਦੇ ਲਈ ਇਤਾਲਵੀ ਕੋਸਟ ਗਾਰਡ ਹੈਲੀਕਾਪਟਰ ਦੁਆਰਾ ਉੱਤਰ ਵੱਲ ਲਗਭਗ 60 ਮੀਲ ਦੂਰ ਸਿਚੀਲੀਅਨ ਟਾਪੂ ਲੈਪੈਂਡੂਸਾ ਵਿਖੇ ਲਜਾਇਆ ਗਿਆ ਯੂਰੋਪੀਅਨ ਚੈਰਿਟੀ ਦੇ ਸਮੁੰਦਰੀ ਜਹਾਜ਼ ਓਸ਼ੀਅਨ ਵਾਈਕਿੰਗ ਨੇ ਜਦ 25 ਲੋਕਾਂ ਨੂੰ ਸਮੁੰਦਰ ਵਿੱਚ ਦੇਖਿਆ ਤਾਂ ਇਲਾਜ ਦੇ ਲਈ ਇਤਾਲਵੀ ਕੋਸਟ ਗਾਰਡ ਹੈਲੀਕਾਪਟਰ ਦੁਆਰਾ ਉੱਤਰ ਵੱਲ ਲਗਭਗ 60 ਮੀਲ ਦੂਰ ਸਚਾਲੀਨ ਟਾਪੂ ਲੈਂਪ ਦੁਸਤਾ ਵਿਖੇ ਲਿਜਾਇਆ ਗਿਆ ਇਨ੍ਹਾਂ ਵਿੱਚ ਦੋ ਬੇਹੋਸ਼ ਸਨ ਤੇ 23 ਗੰਭੀਰ ਹਾਲਤ ਵਿੱਚ ਸਨ ਇਨ੍ਹਾਂ ਲੋਕਾਂ ਦੀ ਹਾਲਤ ਥਕਾਵਟ ਭੁੱਖ ਤੇ ਪਾਣੀ ਦੀ ਕਮੀ ਕਾਰਨ ਤਰਸ ਯੋਗ ਸੀ ਐਸਓਐਸ ਮੈਡੀ ਤੇਰਾਨੇ ਦੇ ਬੁਲਾਰੇ ਨੇ ਦੱਸਿਆ ਕਿ ਬਚਾਏ 25 ਪ੍ਰਵਾਸੀ ਸਾਰੇ ਮਰਦ ਸੀ ਜਿਨ੍ਹਾਂ ਵਿੱਚੋਂ 12 ਨਾਬਾਲਗ ਸੀ ਜਿਹੜੇ ਕਿ ਨੇਗਲ ਮਾਲੀ ਤੇ ਗੈਂਬੀਆ ਦੇਸ਼ਾਂ ਨਾਲ ਸੰਬੰਧਤ ਨੇ ਜਿਹੜੇ ਲੋਕ ਇਸ ਘਟਨਾ ਵਿੱਚ ਬਚੇ ਨੇ ਉਹ ਸਦਮੇ ਵਿੱਚ ਨੇ ਜਿਸ ਕਾਰਨ ਉਹ ਆਪਣੇ ਨਾਲ ਵਾਪਰੇ ਹਾਦਸੇ ਨੂੰ ਸਹੀ ਢੰਗ ਨਾਲ ਨਹੀਂ ਦੱਸ پا ਰਹੇ ਨੇ ਯੂਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਤੱਕ ਖਤਰਨਾਕ ਕੇਂਦਰੀ ਭੂ-ਮੱਧ ਸਾਗਰ ਮਾਰਗ ਤੇ 227 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਮੌਤ ਦੇ ਮੂਹ ਵਿੱਚੋਂ ਲੰਘ ਕੇ ਯੂਰਪ ਪਹੁੰਚਣ ਵਾਲਿਆਂ ਦੀ ਗਿਣਤੀ ਇਸ ਸਾਲ ਜਨਵਰੀ ਤੋਂ ਮਾਰਚ ਤੱਕ 19000 562 ਹੈ ਆਪਣੇ ਆਪ ਹੀ ਮੌਤ ਦੇ ਮੂੰਹ ਵਿੱਚ ਜਾਣ ਦਾ ਇਹ ਸਫ਼ਰ ਕਦੋਂ ਰੁਕੇਗਾ ਇਹ ਸਵਾਲ ਸਾਰੇ ਕਰਦੇ ਨੇ ਪਰ ਜਵਾਬ ਦੇਣ ਦੇ ਲਈ ਸੰਬੰਧਿਤ ਦੇਸ਼ਾਂ ਦੀਆਂ ਮੌਜੂਦਾ ਸਰਕਾਰਾਂ ਕਦੋਂ ਸੁਜਿੰਦਾ ਹੋਣਗੀਆਂ ਕੋਈ ਨਹੀਂ ਜਾਣਦਾ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਹੋਇਆ ਹੈ ਖੁਲਾਸੇ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਕੁਮਾਂਤਰੀ ਵਿਦਿਆਰਥੀਆਂ ਵੱਲੋਂ ਰਿਫਿਊਜੀ ਸ਼ਰਨ ਦੇ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਜਿਸ ਤੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਕੈਨੇਡਾ ਜਾਣ ਦੇ ਲਈ ਸਿੱਧੇ ਅਸਿੱਧੇ ਹਰ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਨੇ ਮੌਜੂਦਾ ਸਮੇਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਭਾਰਤ ਦੇ ਵਿੱਚ ਖਤਰਾ ਹੋਣ ਦੀ ਗੱਲ ਆਖ ਕੇ ਰਿਫਿਊਜੀਸ ਦਾ ਦਾਵਾ ਕਰਕੇ ਸ਼ਰਨ ਮੰਗੀ ਜਾ ਰਹੀ ਹੈ ਅਜਿਹਾ ਦਾਵਾ ਕਰਨ ਵਾਲੇ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ 4.4 ਗੁਣਾ ਵਾਧਾ ਦੇਖਣ ਨੂੰ ਉਸ ਵਿੱਚ ਮਿਲ ਰਿਹਾ ਹੈ ਵਾਟਰਲੂ ਰੀਜ਼ਨ ਰਿਕਾਰਡ ਦੀ ਇੱਕ ਰਿਪੋਰਟ ਦੇ ਮੁਤਾਬਕ ਇਕੱਲੇ ਕੌਨਸਟੋਗਾ ਕਾਲਜ ਵਿੱਚ ਅਜਿਹੇ ਦਾਵੇ 4.4 ਗੁਣਾ ਵੱਧ ਗਏ ਨੇ ਸਾਲ 2022 ਚ 106 ਵਿਦਿਆਰਥੀਆਂ ਵੱਲੋਂ ਅਜਿਹੇ ਦਾਵੇ ਕੀਤੇ ਗਏ ਸੀ ਪਰ ਸਾਲ 2023 ਵਿੱਚ ਵੱਧ ਕੇ ਇਹਨਾਂ ਦੀ ਗਿਣਤੀ 450 ਹੋ ਗਈ ਹੈ ਦਰਅਸਲ ਕੈਨੇਡਾ ਵਿੱਚ ਜੇਕਰ ਕੋਈ ਸੰਸਥਾ ਕੈਨੇਡੀਅਨ ਕਮਾਂਤਰੀ ਸਿੱਖਿਆ ਪ੍ਰੋਗ੍ਰਾਮ ਗ੍ਰਾਮ ਦਾ ਪ੍ਰਤੀਕ ਰਹੀ ਹੈ ਤਾਂ ਉਹ ਕਿਚਨਰ ਦੇ ਵਿੱਚ ਕਾਂਸਟੋਗਾ ਕਾਲਜ ਹੈ ਜੋ ਟ੍ਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮ ਦੇ ਵਿੱਚ ਪੈਂਦਾ ਹੈ ਇੱਥੇ ਪਿਛਲੇ 3 ਸਾਲਾਂ ਦੇ ਵਿੱਚ ਕਮਾਂਤਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਵਿੱਚ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ ਸਾਲ 2021 ਵਿੱਚ ਇੱਥੇ 13000 ਵਿਦਿਆਰਥੀ ਨਾਮਜ਼ਦ ਸੀ ਜਿਨ੍ਹਾਂ ਦੀ ਗਿਣਤੀ ਸਾਲ 2023 ਚ ਵੱਧ ਕੇ 30000 ਤੋਂ ਉੱਪਰ ਹੋ ਗਈ ਹੈ ਇਹ ਰਿਕਾਰਡ ਗਿਣਤੀ ਕੈਨੇਡਾ ਦੇ ਕਿਸੇ ਵੀ ਹੋਰ ਕਾਲਜ ਨੂੰ ਪਿੱਛੇ ਛੱਡਦਿਆਂ ਕੈਨੇਡਾ ਲਈ ਕਰੋੜਾਂ ਡਾਲਰ ਲੈ ਕੇ ਆਈ ਪਰ ਹੁਣ ਸਰਕਾਰ ਵੱਲੋਂ ਕੁਮਾਂਤਰੀ ਸਿੱਖਿਆ ਪ੍ਰੋਗਰਾਮ ਤੇ ਨਕੇਲ ਕੱਸਣ ਦੇ ਨਾਲ ਹੋਰ ਕਾਲਜਾਂ ਨੇ ਕੌਨਸਟੋਗਾ ਕਾਲਜ ਤੇ ਉਂਗਲਾਂ ਚੱਕੜੀਆਂ ਸ਼ੁਰੂ ਕਰ ਦਿੱਤੀਆਂ ਨੇ ਮੌਜੂਦਾ ਸਮੇਂ ਬੇਸ਼ੱਕ ਕੈਨੇਡਾ ਦੇ ਬਹੁਤ ਸਾਰੇ ਕਾਲਜ ਕਾਫੀ ਕਬੜਾਏ ਹੋਏ ਨੇ ਪਰ ਉਹ ਪੀੜਤ ਨਹੀਂ ਪੀੜਤ ਤਾਂ ਕੇਵਲ ਕੁਮਾਂਤਰੀ ਵਿਦਿਆਰਥੀ ਨੇ ਜਿਹੜੇ ਹਜ਼ਾਰਾਂ ਡਾਲਰ ਖਰਚ ਕਰਕੇ ਕੈਨੇਡਾ ਵਿੱਚ ਇਸ ਉਮੀਦ ਨਾਲ ਆਏ ਨੇ ਕਿ ਉਹਨਾਂ ਨੂੰ ਇੱਥੇ ਸਥਾਈ ਨਿਵਾਸ ਮਿਲ ਜਾਏਗਾ ਪਰ ਉਹਨਾਂ ਦਾ ਇਹ ਸੁਪਨਾ ਜਲਦੀ ਪੂਰਾ ਹੁੰਦਾ ਨਹੀਂ ਜਾ ਪ ਰਿਹਾ ਭਾਵੇਂ ਕਿ ਕੈਨੇਡਾ ਪਹਿਲਾਂ ਤੋਂ ਕਿਤੇ ਜ਼ਿਆਦਾ ਗੈਰ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਪਰ ਕੈਨੇਡੀਅਨ ਸਿਸਟਮ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨਾਲ ਤਾਲਮੇਲ ਨਹੀਂ ਬਿਠਾ ਪਾ ਰਿਹਾ ਜਿਹੋ ਜਹੀ ਸਥਿਤੀ ਮੌਜੂਦਾ ਸਮੇਂ ਵਧ ਰਹੀ ਹੈ ਉਸ ਮੁਤਾਬਕ ਹਰ 10 ਕੁ ਮੰਤਰੀ ਵਿਦਿਆਰਥੀਆਂ 'ਚੋਂ ਲਗਭਗ ਤਿੰਨ ਨੂੰ ਹੀ ਸਥਾਈ ਨਿਵਾਸ ਮਿਲਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕਾ ਵਿੱਚ ਵੱਧ ਰਹੇ ਪ੍ਰਵਾਸੀ ਅਪਰਾਧਾਂ ਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਦੇ ਖਿਲਾਫ ਤਿੱਖੇ ਬੋਲ ਬੋਲੇ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਉਹ ਹਰ ਓਪਨ ਬਾਰਡਰ ਨੀਤੀ ਨੂੰ ਖਤਮ ਕਰ ਦੇਣਗੇ। ਵੈਂਡਾਲੀਆ, ਓਯੋ ਦੇ ਡੇਟਨ ਉਪਨਗਰ ਚਿਕਰੇਲੀ ਨੂੰ ਸੰਬੋਧਨ ਕਰਦਿਆਂ 트ੰਪ ਨੇ ਜਾਰਜੀਆ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀ ਲੇਕਨ ਦੀ ਮੌਤ ਦਾ ਵੀ ਜ਼ਿਕਰ ਕੀਤਾ ਸੀ న్యూਸ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਨੇ ਬਾਈਡਨ ਤੇ ਹਿੰਸਕ ਗਰੋਹ ਦੇ ਮੈਂਬਰਾਂ ਅਤੇ ਗੈਂਗਸਟਰਾਂ ਸਮੇਤ ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ਚ ਦਾਖਲ ਹੋਣ ਦੀ ਆਗਿਆ ਦੇਣ ਦਾ ਦੋਸ਼ ਲਾਇਆ ਅਮਰੀਕਾ ਮੈਕਸੀਕੋ ਸਰਹੱਦ ਤੇ ਸਥਿਤੀ ਤੇ ਜ਼ੋਰ ਦਿੰਦੇ ਹੋਏ ਟਰੰਪ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਦੁਬਾਰਾ ਠੀਕ ਕਰਾਂਗੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੇਰਾ ਪਹਿਲਾ ਕੰਮ ਸਾਡੇ ਦੇਸ਼ ਤੇ ਹਮਲੇ ਨੂੰ ਰੋਕਣਾ ਅਤੇ ਜੋ ਬਾਈਡਨ ਦੇ ਗੈਰ ਕਾਨੂੰਨੀ ਪਰਦੇਸੀਆਂ ਨੂੰ ਘਰ ਭੇਜਣਾ ਕਾ ਆਪਣੇ ਉਯੋ ਭਾਸ਼ਣ ਦੌਰਾਨ ਸਾਫਾ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸ ਸਾਲ ਦੇ ਅੰਤ ਵਿੱਚ ਚੋਣਾਂ 'ਚ ਨਹੀਂ ਜੁੜੇ ਗਏ ਤਾਂ ਦੇਸ਼ ਵਿੱਚ ਖੂਨ ਖਰਾਬਾ ਹੋਏਗਾ ਜੋ ਕਿ ਉਹਨਾਂ ਦਾ ਇਹ ਬਿਆਨ ਹੈ ਉਸ ਤੋਂ ਬਾਅਦ ਕਾਫੀ ਬਬਾਲ ਵੀ ਮਚਿਆ ਹੈ ਜਰਮਨੀ ਵਿੱਚ ਭਾਰਤੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣਨ ਦੇ ਨਾਲ ਜਰਮਨ ਸਰਕਾਰ ਦੇਸ਼ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਇਹਨਾਂ ਭਾਰਤੀਆਂ ਤੇ ਧਿਆਨ ਕੇਂਦਰਿਤ ਕਰਨ ਲੱਗੀ ਹੈ ਜਰਮਨੀ ਦੇ ਸੰਗੀ ਅੰਕੜਾ ਦਫ਼ਤਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2022-23 ਦੇ ਸਰਦ ਰੁੱਤ ਸਮੈਸਟਰ ਦੇ ਲਈ ਜਰਮਨੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ 26% ਦੀ ਵੱਧ ਕੇ 42997 ਹੋ ਗਈ ਜਰਮਨ ਯੂਨੀਵਰਸਿਟੀਆਂ ਦੇ ਵਿੱਚ 60% ਦੀ ਭਾਰਤੀ ਵਿਦਿਆਰਥੀ ਵਿਦਿਆਰਥੀਆਂ ਦਾ ਇੰਜੀਨੀਅਰਿੰਗ ਸਭ ਤੋਂ ਪਸੰਦੀਦਾ ਵਿਸ਼ਾ ਇਸ ਤੋਂ ਬਾਅਦ 22% ਦੀ ਕਾਨੂੰਨ ਪ੍ਰਬੰਧਨ ਅਤੇ ਸਮਾਜਿਕ ਅਧਿਐਨ ਅਤੇ 14% ਦੀ ਜਿਹੜੇ ਗਣਿਤ ਅਤੇ ਕੁਦਰਤੀ ਵਿਗਿਆਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਹਾਲੇਚ 1 ਮਾਰਚ 2024 ਨੂੰ ਇੱਕ ਨਵਾਂ ਐਕਟ ਲਾਗੂ ਹੋਇਆ ਜਿਸ ਵਿੱਚ ਜਰਮਨ ਸਰਕਾਰ ਨੇ ਯੂਰਪੀ ਸੰਘ ਦੇ ਬਾਹਰ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਤੀ ਹਫਤੇ 'ਚ 20 ਘੰਟੇ ਤੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ। ਇਹ ਪਿਛਲੀ ਸੀਮਾ ਦੇ ਵਿੱਚ 10 ਘੰਟਿਆਂ ਦਾ ਵਾਧਾ ਹੈ। ਇਹ ਨਿਯਮ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕਵਰ ਕਰੇਗਾ ਜੋ ਵਿਦਿਅਕ ਪ੍ਰੋਗਰਾਮਾਂ ਦੀ ਖੋਜ ਕਰਨ ਦੇ ਲਈ ਜਰਮਨੀ ਆਉਂਦੇ ਨੇ ਪਰ ਅਜੇ ਤੱਕ ਕਿਸੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਹੀਂ ਲਿਆ ਅਤੇ ਜੋ ਜਰਮਨ ਭਾਸ਼ਾ ਦੇ ਸਿਖਲਾਈ ਕੋਰਸ ਕਰ ਰਹੇ ਹਨ ਜਰਮਨ ਅਕਾਦਮਿਕ ਐਕਸਚੇਂਜ ਸਰਵਿਸਿਜ਼ ਜਾਨੀ ਕਿ ਡੀਏਏਡੀ ਦੇ ਪਰਤਾਨ ਡਾਕਟਰ ਮੁਖਰਜੀ ਨੇ ਕਿਹਾ ਕਿ ਜਰਮਨ ਲੇਬਰ ਚਾਰ ਵਿੱਚ ਹੁਨਰਮੰਦ ਕਾਮਿਆਂ ਦੀ ਵੱਧਦੀ ਘਾਟ ਨੂੰ ਦੂਰ ਕਰਨ ਦੇ ਲਈ ਅਕਾਦਮਿਕ ਡਿਗਰੀਆਂ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜਰਮਨ ਲੇਬਰ ਮਾਰਕੀਟ ਨੂੰ ਆਕਰਸ਼ਕ ਬਣਾਉਣਾ ਮਹੱਤਵਪੂਰਨ ਹੈ। ਕੈਨੇਡਾ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਤੀਜਾ ਪੰਜਾਬੀ ਨੌਜਵਾਨ ਲਾਪਤਾ ਹੋਣ ਦੀ ਖਬਰ ਹੈ 23 ਸਾਲ ਦੇ ਜਸਦੀਪ ਪਰਮਾਰ ਦੀ ਭਾਲ ਕਰ ਰਹੀ ਇਸਤਰੀ RCMP ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲਿਸ ਨੇ ਦੱਸਿਆ ਕਿ ਜਸਦੀਪ ਪਰਮਾਰ ਨੂੰ ਆਖਰੀ ਵਾਰ 15 ਮਾਰਚ ਨੂੰ ਬਾਅਦ ਦੁਪਹਿਰ ਦੇਖਿਆ ਗਿਆ ਸੀ ਜਸਦੀਪ ਪਰਮਾਰ ਦਾ ਹੁਲੀਆ ਜਾਰੀ ਕਰਦੇ ਹਾਂ RCMP ਨੇ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਹੈ ਤੇ ਸਰੀਰ ਪਤਲਾ ਹੈ ਉਸਦੇ ਵਾਲ ਕਾਲੇ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਉਸਨੇ ਕਾਲੇ ਰੰਗ ਦੀ ਟੀ-ਸ਼ਰਟ ਜਾਨਕੀ ਜੈਕਟ ਕਾਲੀ ਪੈਂਟ ਅਤੇ ਸਫੇਦ ਸ਼ੂਜ਼ ਪਾਏ ਹੋਏ ਸੀ ਜਸਦੀਪ ਪਰਮਾਰ ਦਾ ਪਰਿਵਾਰ ਅਤੇ ਪੁਲਿਸ ਉਸਦੀ ਸੁੱਖ ਸ਼ਾਂਤ ਪ੍ਰਤੀ ਬੇहद ਚਿੰਤਿਤ ਹੈ ਪੁਲਿਸ ਮੁਤਾਬਕ ਉਸ ਨੂੰ ਨਜ਼ਰ ਦੀ ਐਨਕ ਵੀ ਲੱਗੀ ਹੋਈ ਹੈ ਅਤੇ ਜੇ ਕਿਸੇ ਕੋਲ ਜਸਦੀਪ ਪਰਮਾਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨੇ ਫੋਨ ਨੰਬਰ ਵੀ ਜਾਰੀ ਕਰਦੇ ਨੇ ਕਿ ਉਹਨਾਂ ਦੇ ਉੱਤੇ ਸੰਪਰਕ ਕੀਤਾ ਜਾਏ ਪੁਲਿਸ ਤੋਂ ਇਲਾਵਾ ਜਸਦੀਪ ਦੇ ਰਿਸ਼ਤੇਦਾਰਾਂ ਨੇ ਵੀ ਉਸਦੀ ਭਾਲ ਦੇ ਵਿੱਚ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਜਸਦੀਪ ਪਰਮਾਰ ਤੀਜਾ ਪੰਜਾਬੀ ਨੌਜਵਾਨ ਹੈ ਪਿਛਲੇ ਕੁਝ ਦਿਨਾਂ ਵਿੱਚ ਲਾਪਤਾ ਹੋਇਆ ਹੈ ਇਹ ਤੀਸਰਾ ਪੰਜਾਬੀ ਨੌਜਵਾਨ ਇਸ ਤੋਂ ਪਹਿਲਾਂ ਪ੍ਰਭਜੋਤ ਲਾਲੀ ਦੇ ਲਾਪਤਾ ਹੋਣ ਦੀ ਰਿਪੋਰਟ ਆਈ ਸੀ ਜਦਕਿ ਨਮਨ ਪ੍ਰੀਤ ਰੰਦਾਵਾ ਦੇ ਗੁੰਮਸ਼ੁਦਗੀ ਬਾਰੇ ਵੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਉਸਦੀ ਭਾਲ ਵਾਸਤੇ ਮਦਦ ਮੰਗੀ ਹੈ ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜ਼ੀਸ਼ਨ 47 ਦੇ ਵਿੱਚ ਸੁਧਾਰ ਕਰਨ ਦੇ ਲਈ ਸੈਕਰਮੈਂਟੋ ਵਿਖੇ ਕੈਲੀਫੋਰਨੀਆ ਦੀਆਂ 711 ਸਟੋਰਾਂ ਦੇ ਮਾਲਕਾਂ ਅਤੇ ਡਿਸਟ੍ਰਿਕਟ ਅਟਾਰਨੀ ਸਮੇਤ ਹੋਰਨਾ ਅਮਰੀਕਨ ਆਗੂਆਂ ਨਾਲ ਪਰਵੀ ਮੀਟਿੰਗ ਕੀਤੀ ਗਈ ਪ੍ਰੋਪੋਜ਼ੀਸ਼ਨ 47 ਨੂੰ ਖਤਮ ਕਰਨ ਲਈ ਮੁਹਿਮ ਦੇ ਲਈ 711 ਸਟੋਰ ਜਥੇਬੰਦੀਆਂ ਵੱਲੋਂ ਅਟਾਰਨੀ ਐਸੋਸੀਏਸ਼ਨ ਨੂੰ 1 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਚੈੱਕ ਭੇਟ ਕੀਤਾ ਗਿਆ ਵੱਖ-ਵੱਖ ਥਾਵਾਂ ਤੋਂ ਆਈਆਂ 711 ਜਥੇਬੰਦੀਆਂ ਨੇ ਆਪੋ ਆਪਣਾ ਯੋਗਦਾਨ ਇਸ ਦੇ ਵਿੱਚ ਪਾਇਆ ਤਾਂ ਕਿ ਇਸ ਕਾਨੂੰਨ ਨੂੰ ਬਦਲਿਆ ਜਾ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਕੋਲੀਜ਼ਨ 711 ਆਨਰ ਐਸੋਸੀਏਸ਼ਨ ਦੇ ਚੇਅਰਮੈਨ ਸੁਖੀ ਸੰਧੂ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਅਸੀਂ ਇੱਥੇ ਪ੍ਰੋਪੋਜ਼ੀਸ਼ਨ ਫੋਰ 47 ਦੇ ਵਿੱਚ ਸੁਧਾਰ ਦੇ ਲਈ ਇਕੱਤਰ ਹੋਏ ਆ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਪੋਜੀਸ਼ਨ 47 ਕਰਕੇ ਜਿੱਥੇ ਸਟੋਰ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਨਾਲ ਨਸ਼ਾਖੋਰੀ ਵਧੀ ਹੈ ਅਤੇ ਬੇਘਰੇ ਲੋਕਾਂ ਵਿੱਚ ਵਿਵਾਦ ਹੋਇਆ ਹੈ ਉਹਨਾਂ ਨੇ ਦੱਸਿਆ ਕਿ 1 ਮਿਲੀਅਨ ਡਾਲਰ ਦੀ ਰਕਮ ਪ੍ਰੋਪੋਜੀਸ਼ਨ 47 'ਚ ਸੁਧਾਰ ਕਰਵਾਉਣ ਦੇ ਲਈ ਨਵੰਬਰ ਵਿੱਚ ਹੋ ਰਹੀਆਂ ਚੋਣਾਂ ਦੌਰਾਨ ਆਮ ਜਨਤਾ ਦੇ ਸਿਗਨੇਚਰ ਲੈਣ ਦੇ ਲਈ ਬੈਲਟ ਤੇ ਪਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਜੇ ਇਸ ਬੈਲਟ ਤੇ ਆ ਕੇ ਪਾਸ ਹੋ ਜਾਂਦਾ ਤਾਂ ਤਿੰਨ ਚੀਜ਼ਾਂ ਦਾ ਹੱਲ ਹੋ ਸਕੇਗਾ ਉਹਨਾਂ ਨੇ ਕਿਹਾ ਹੈ ਕਿ ਸਟੋਰ ਮਾਲਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਨੇ ਉਮੀਦ ਕੀਤੀ ਹੈ ਕਿ ਇਹ ਮੁਸ਼ਕਲਾਂ ਜਲਦ ਹੱਲ ਹੋ ਜਾਣਗੀਆਂ ਇਸ ਦੌਰਾਨ ਕੈਲੀਫੋਰਨੀਆ ਸੈਂਟਰ ਵੈਲੀ ਦੇ ਪ੍ਰੈਜ਼ੀਡੈਂਟ ਜਿਵਦੇਸ਼ ਗਿੱਲ ਨੇ ਪੰਜਾਬ ਮੀਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2014 ਤੋਂ ਪ੍ਰੋਪੋਜ਼ੀਸ਼ਨ 47 ਦੇ ਹੋਣਦ ਵਿੱਚ ਆਉਣ ਨਾਲ ਸਟੋਰਾਂ ਵਿੱਚ ਚੋਰੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਸਟੋਰ ਮਾਲਕ ਲੰਬੇ ਸਮੇਂ ਤੋਂ ਇਸ ਪ੍ਰੋਪੋਜ਼ੀਸ਼ਨ ਨੂੰ ਖਤਮ ਕਰਵਾਉਣ ਦੇ ਜਦੋਂ ਜਹਿਦ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਵਿਖੇ ਵੀ ਮੁਜ਼ਾਹਰਾ ਕੀਤਾ ਗਿਆ ਸੀ ਜਿੱਥੇ ਹਜ਼ਾਰਾਂ ਸਟੋਰ ਮਾਲਕ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਸਟੋਰਾਂ ਵਿੱਚ ਜੇ ਕੋਈ ਚੋਰੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਲਾਸ ਏਂਜਲਸ ਤੋਂ ਆਏ ਜਗਤਾਰ ਸਿੰਘ ਸਮਰਾ ਹੁਣਾਂ ਨੇ ਕਿਹਾ ਕਿ ਜਿਹੜੇ ਨਸ਼ਾਖੋਰ ਇੱਥੇ ਤੁਰੇ ਫਿਰਦੇ ਨੇ ਪੁਲਿਸ ਉਹਨਾਂ ਨੂੰ ਨਾ ਤਾਂ ਕੁਝ ਕਹਿੰਦੀ ਹੈ ਪਰ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਪਰ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਸਟੋਰ ਮਾਲਕਾਂ ਦਾ ਜੋ ਨੁਕਸਾਨ ਹੋ ਰਿਹਾ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਮੀਟਿੰਗ ਦੇ ਵਿੱਚ ਹੋਰਨਾਂ ਤੋਂ ਇਲਾਵਾ ਸੁਖੀ ਸੰਦੂ ਜਵਤੇਸ਼ ਗਿੱਲ ਸੁਖਮਿੰਦਰ ਢਿੱਲੋਂ 인ਦਰਜੀਤ ਸਿੱਧੂ ਜੈ ਬਰਾੜ ਕੈਵਨ ਨਿਜਰ ਪ੍ਰਥਵੀਪਾਲ ਲਾਲੀਗੱਲ ਨਸ਼ੱਤਰ ਭੁੱਲਰ ਨਿੱਕ ਖਿਆਰਾ ਸਨੀ ਧਾਮੀ ਸਤੰਦਰ ਟੋਨੀ ਗਿੱਲ ਤਰਲੋਚਨ ਰੰਗੀ ਅਤੇ ਜਗਤਾਰ ਸਮਰਾਵੀ ਹਾਜ਼ਰ ਸੀ 711 ਜਥੇਬੰਦੀਆਂ ਵੱਲੋਂ 1 ਮਿਲੀਅਨ ਦਾ ਚੈੱਕ ਸੈਕਰਮੈਂਟੋ ਕਾਉਂਟੀ ਦੀ ਸਾਬਕਾ ਡਿਸਟ੍ਰਿਕਟ ਅਟਾਰਨੀ ਐਨੀ ਮੈਰੀ ਸ਼ੁਭਟ ਵੈਂਚੂਰਾ ਕਾਉਂਟੀ ਦੇ ਸਾਬਕਾ ਡਿਸਟ੍ਰਿਕਟ ਅਟਾਰਨੀ ਗ੍ਰੇਗ ਟੋਟਨ ਸੈਕਰਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਤੀਨ ਹੋ ਅਤੇ ਜ਼ੋਲੋਕ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜੈਫ ਨੂੰ ਪੇਂਟ ਕੀਤਾ ਗਿਆ ਬੁਲਾਰਿਆ ਨੇ ਦੱਸਿਆ ਕਿ ਗ੍ਰੇਗ ਟੋਟਨ ਅਤੇ ਐਨੀ ਪ੍ਰੋਪੋਜ਼ੀਸ਼ਨ 47 ਨੂੰ ਰਿਫਾਰਮ ਕਰਵਾਉਣ ਦੇ ਲਈ ਅਤੇ ਸਿਗਨੇਚਰ ਇਕੱਠੇ ਕਰਨ ਦੇ ਲਈ ਚਲਾਈ ਮਹਿੰਮ ਦੇ ਕੋਚ ਚੇਅਰ ਨੇ ਇਸ ਦੌਰਾਨ 711 ਕੰਪਨੀ ਵੱਲੋਂ ਕੈਥਰੀਨ ਵਰਕ ਜੈਫ ਜ਼ਿਨ ਐਲਫਾਂਸੋ ਫਰਾਕੋ ਕ੍ਰਿਸ ਕੁਸਿਨਜ਼ ਜੀਨਾ ਟੈਨਰ ਕਿੰਥ ਫਾਰ ਮੈਨ ਵਿਸ਼ੇਸ਼ ਤੌਰ ਤੇ ਹਜ਼ਰਤਨ ਜ਼ਿਕਰ ਯੋਗ ਹੈ ਕਿ ਪ੍ਰੋਪੋਜ਼ੀਸ਼ਨ 47 ਨਵੰਬਰ 4 2014 ਨੂੰ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਪਾਸ ਕੀਤਾ ਗਿਆ ਸੀ ਇਸ ਦਿਨ ਗ੍ਰੋਸਰੀ ਸਟੋਰਾਂ, ਗੈਸ ਸਟੇਸ਼ਨਾਂ ਆਦਤ ਤੋਂ ਸਮਾਨ ਚੁੱਕਣ ਵਾਲੇ ਚੋਰਾਂ ਨੂੰ ਰਾਹ ਦਿੱਤੀ ਗਈ ਸੀ ਉਸ ਤੋਂ ਬਾਅਦ ਪਿਛਲੇ ਦਿਨੀ ਇਸ ਵਿੱਚ ਸੋਧ ਕਰਕੇ ਚੋਰੀ ਕੀਤੇ ਸਮਾਨ ਦੀ ਰਕਮ 950 ਡਾਲਰ ਤੱਕ ਵਧਾ ਦਿੱਤੀ ਸੀ ਜਿਸ ਨਾਲ ਕੈਲੀਫੋਰਨੀਆ ਪਰਦੇ ਸਟੋਰ ਮਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੋਰ ਸ਼ਰਿਆਮ ਸਟੋਰਾਂ ਤੋਂ ਸਮਾਨ ਚੁੱਕ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਕਾਨੂੰਨ ਅਨੁਸਾਰ ਰੋਕਿਆ ਨਹੀਂ ਜਾ ਸਕਦਾ ਜਿਸ ਕਰਕੇ ਜਿੱਥੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਨੇ ਉੱਥੇ ਕ੍ਰਾਈਮ 'ਚ ਵੀ ਵਾਧਾ ਹੋਇਆ ਹੈ ਆਸਟ੍ਰੇਲੀਆਈ ਸਰਕਾਰ ਨੇ ਫਲਸਤੀਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਆਸਟ੍ਰੇਲੀਆਈ ਸਰਕਾਰ ਨੇ ਗਾਜ਼ਾ ਤੋਂ ਭੱਜਣ ਵਾਲੇ ਕੁਝ ਫਲਸਤੀਨੀਆਂ ਦੇ ਰੱਦ ਕੀਤੇ ਵੀਜ਼ੇ ਬਹਾਲ ਕਰ ਦਿੱਤੇ ਨੇ ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਫਲਸਤੀਨ ਆਸਟ੍ਰੇਲੀਅਨ ਰਿਲੀਫ ਐਂਡ ਐਕਸ਼ਨਸ ਸਮੂਹ ਦੀ ਕਾਰਜਕਾਰੀ ਨਿਰਦੇਸ਼ਕ ਰਾਸ਼ਾ ਨੇ ਸੋਮਵਾਰ ਨੂੰ ਦੱਸਿਆ ਕਿ ਉਹਨਾਂ ਦਾ ਸੰਗਠਨ ਜਿਹੜੇ 11 ਫਲਸਤੀਨੀਆਂ ਦਾ ਆਸਟ੍ਰੇਲੀਆਈ ਵੀਜ਼ਾ ਬਿਨਾਂ ਕਿਸੇ ਚੇਤਾਵਨੀ ਦੇ ਰੱਦ ਕਰਨ ਦਾ ਸਮਰਥਨ ਕਰ ਰਹੀ ਸੀ ਉਹਨਾਂ ਵਿੱਚੋਂ 8 ਨੂੰ ਬਹਾਲ ਕਰ ਦਿੱਤਾ ਗਿਆ ਹੈ ਫੈਡਰਲ ਸਰਕਾਰ ਨੂੰ ਮਾਰਚ ਦੇ ਸ਼ੁਰੂ ਦੇ ਵਿੱਚ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਰੱਦ ਹੋਣ ਦੀ ਸੂਚਨਾ ਦਿੱਤੇ ਜਾਣ ਤੋਂ ਪਹਿਲਾਂ ਕੁਝ ਫਲਸਤੀਨੀ ਤੀਜੇ ਦੇਸ਼ ਵਿੱਚ ਫਸ ਗਏ ਸੀ ਜਿਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸੀ ਉਹਨਾਂ ਵਿੱਚੋਂ ਕੁਝ ਨੂੰ ਭੇਜੇ ਗਏ ਪੱਤਰਾਂ ਦੇ ਵਿੱਚ ਗ੍ਰਹਿ ਵਿਭਾਗ ਨੇ ਦੋਸ਼ ਲਗਾਇਆ ਕਿ ਉਹ ਆਸਟ੍ਰੇਲੀਆ ਦੇ ਵਿੱਚ ਆਗਿਆ ਤੋਂ ਵੱਧ ਸਮਾਂ ਰਹਿ ਕੇ ਆਪਣੇ ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੀ ਯੋਜਨਾ ਬਣਾ ਰਹੇ ਨੇ ਆਵਾਜ਼ ਨੇ ਨਾਇਨ ਐਂਟਰਟੇਨਮੈਂਟ ਅਖਬਾਰ ਨੂੰ ਦੱਸਿਆ ਅਸੀਂ ਖੁਸ਼ ਕਿ ਉਹ ਆਸਟ੍ਰੇਲੀਆ ਦੀ ਯਾਤਰਾ ਕਰਨ ਦੇ ਯੋਗ ਨਹੀਂ ਅਬਾਸ ਨੇ ਅੱਗੇ ਕਿਹਾ ਕਿ ਅਸੀਂ ਉਹਨਾਂ ਲਈ ਉਡਾਣਾਂ ਦੀ ਬੁਕਿੰਗ ਤੇ ਕੰਮ ਕਰ ਰਹੇ ਹਾਂ ਅਤੇ ਬਾਕੀ ਵੀਜ਼ਾ ਧਾਰਕਾਂ ਲਈ ਪ੍ਰਕਿਰਿਆ ਤੇ ਅਸੀਂ ਸਰਕਾਰ ਨਾਲ ਕੰਮ ਕਰਾਂਗੇ ਇੱਥੇ ਦੱਸਦੀ ਹੈ ਕਿ ਗਾਜ਼ਾ ਵਿੱਚ ਮੌਜੂਦ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਨੇ ਫਲਸਤੀਨੀਆ ਲਈ 2200 ਅਤੇ ਇਜ਼ਰਾਈਲੀਆਂ ਲਈ 2400 ਵੀਜ਼ੇ ਦਿੱਤੇ ਨੇ ਚੀਨ ਦੇ ਰੱਖਿਆ ਮੰਤਰਾਲੇ ਦੇ ਇੱਕ ਪ੍ਰਤੀਨਿਧੀ ਨੇ ਸ਼ਨੀਵਾਰ ਨੂੰ ਕਥਿਤ ਤੌਰ ਤੇ ਕਿਹਾ ਕਿ ਜੇ ਸੰਯੁਕਤ ਰਾਜ ਜਾਂ ਨਾਟੋ ਰੂਸ ਤੇ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਬੀਜਿੰਗ ਦਖਲ ਦੇਣ ਦੇ ਲਈ ਤਿਆਰ ਹੈ ਚੀਨ ਦਾ ਇਹ ਬਿਆਨ ਉਦੋਂ ਆਇਆ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਵੀਡਨ ਦੇ ਅਧਿਕਾਰਤ ਤੌਰ ਤੇ ਨਾਟੋ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੰਤਰ ਸਰਕਾਰੀ ਫੌਜੀ ਗੱਠਜੋੜ ਅਤੇ ਮਾਸਕੋ ਵਿਚਾਲੇ ਮਤਭੇਦ ਜਾਰੀ ਹੈ ਟੈਲੀਗ੍ਰਾਮ ਚੈਨਲ ਨੇ ਚੀਨੀ ਰੱਖਿਆ ਪ੍ਰਤੀਨਿਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਜੇ ਅਮਰੀਕਾ ਜਾਂ ਨਾਟੋ ਤੇ ਹਮਲਾ ਕਰਨ ਦਾ ਫੈਸਲਾ ਕਰਦੇ ਨੇ ਤਾਂ ਚੀਨ ਕਿਤੇ ਵੀ ਫੌਜੀ ਦਖਲ ਦੇਣ ਦੇ ਲਈ ਤਿਆਰ ਹੈ ਚੈਨਲ ਨੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਿਭਾਗ ਤੱਕ ਪਹੁੰਚ ਕੀਤੀ ਹੈ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਨਾਟੋ ਅਤੇ ਪੱਛਮੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀਗੀ ਕਿ ਜੇਕਰ ਅਮਰੀਕਾ ਨੇ ਯੂਕਰੇਨ ਵਿੱਚ ਫੌਜ ਭੇਜੀ ਤਾਂ ਮਾਸਕੋ ਪਰਮਾਣੂ ਯੁੱਧ ਦੇ ਲਈ ਤਿਆਰ ਹੈ ਕ੍ਰੈਮਲਨ ਨੇਤਾ 15 17 ਮਾਰਚ ਦੀਆਂ ਚੋਣਾਂ ਤੋਂ ਪਹਿਲਾਂ ਬੋਲ ਰਹੇ ਸੀ ਪੁਤਿਨ ਨੇ ਕਿਹਾ ਕਿ ਪਰਮਾਣੂ ਯੁੱਧ ਦਾ ਖਦਸ਼ਾ ਜਲਦਬਾਜ਼ ਦੇ ਵਿੱਚ ਨਹੀਂ ਬਣਿਆ ਹਾਸੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੋਂ ਇਲਾਵਾ ਰੂਸੀ ਅਮਰੀਕੀ ਸਬੰਧਾਂ ਅਤੇ ਰਣਨੀਤਿਕ ਸੰਜਮ ਦੇ ਖੇਤਰ ਵਿੱਚ ਕਾਫੀ ਹੋਰ ਮਾਹਿਰ ਨੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇੱਥੇ ਸਭ ਕੁਝ ਠੀਕ ਹੋਣ ਵਾਲਾ ਹੈ ਪਰ ਅਸੀਂ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਆ ਇਸ ਤਰ੍ਹਾਂ ਨਾਟੋ ਦੇ ਮੁਖੀ ਜੇਨਸ ਨੇ ਸਹਿਯੋਗੀਆਂ ਨੂੰ ਯੂਕਰੇਨ ਨੂੰ ਤੁਰੰਤ ਹੋਰ ਅਸਲਾ ਭੇਜਣ ਦੇ ਲਈ ਕਿਹਾ ਉਹਨਾਂ ਦਾ ਸੰਦੇਸ਼ ਉਧੋਂ ਆਇਆ ਜਦੋਂ ਅਮਰੀਕੀ ਕਾਂਗਰਸ ਕੀਵ ਨੂੰ ਅਰਬਾਂ ਡਾਲਰ ਦੀ ਸਹਾਇਤਾ ਭੇਜਣ ਬਾਰੇ ਬਹਿਸ ਜਾਰੀ ਰੱਖ ਰਹੀ ਹੈ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨਾਲ ਕੰਮ ਕਰਨ ਵਾਲੀ ਇੱਕ 에ਅਰ ਹੋਸਟੈਸ ਬਿਨਾ ਪਾਸਪੋਰਟ ਦੇ ਇਸਲਾਮਾਬਾਦ ਤੋਂ ਟ੍ਰਾਂਟੋ ਪਹੁੰਚੀ ਕੈਨੇਡੀਅਨ ਅਧਿਕਾਰੀਆਂ ਨੇ ਉਸਤੇ 200 ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ ਇੱਕ ਨਿਊਜ਼ ਦੇ ਅਨੁਸਾਰ ਉਹਨਾਂ ਨੇ ਆਪਣੀ ਖਬਰ ਦੇ ਵਿੱਚ ਕਿਹਾ ਕਿ ਇਹ ਘਟਨਾ 15 ਮਾਰਚ ਦੀ ਹੈ ਪੀਆਈਏ ਦੀ 에ਅਰ ਹੋਸਟੈਸ ਫਲਾਈਟ ਪੀਕੇ 781 ਤੇ ਡਿਊਟੀ ਲਈ ਜਾਂਦੇ ਸਮੇਂ ਆਪਣਾ ਪਾਸਪੋਰਟ ਰੱਖਣਾ ਭੁੱਲ ਗਈ ਇਹ ਜਹਾਜ਼ ਟ੍ਰਾਂਟੋ ਜਾ ਰਿਹਾ ਸੀ ਖਬਰਾਂ ਚ ਕਿਹਾ ਗਿਆ ਹੈ ਕਿ ਇੱਕ ਪੀਆਈਏ 에ਅਰ ਹੋਸਟੈਸ ਨੇ ਬਿਨਾ ਪਾਸਪੋਰਟ ਦੇ ਇਸਲਾਮਾਬਾਦ ਤੋਂ ਟ੍ਰਾਂਟੋ ਦਾ ਸਫ਼ਰ ਕੀਤਾ ਜਹਾਜ਼ ਦੇ ਉਤਰਨ ਤੋਂ ਬਾਅਦ ਲਾਪਰਵਾਹੀ ਦਾ ਪਤਾ ਲੱਗਾ ਤੇ ਕੈਨੇਡੀਅਨ ਅਧਿਕਾਰੀਆਂ ਨੇ ਉਸ ਨੂੰ 200 ਕੈਨੇਡੀਅਨ ਡਾਲਰ ਜਿਹੜੇ ਕਿ ਪਾਕਿਸਤਾਨ ਦੇ ਹਿਸਾਬ ਦੇ ਨਾਲ 42000 ਰੁਪਏ ਬਣਦੇ ਨੇ ਪੀਆਈਏ ਦੇ ਬੁਲਾਰੇ ਨੇ ਕਰਮਚਾਰੀ ਦੀ ਪਛਾਣ ਗੁਪਤ ਰੱਖਦੇ ਹੋਏ ਕਿਹਾ ਕਿ ਉਹ ਕਰਾਚੀ ਹਵਾਈ ਅੱਡੇ ਤੇ ਹੀ ਆਪਣਾ ਪਾਸਪੋਰਟ ਭੁੱਲ ਗਿਆ ਸੀ ਬੁਲਾਰੇ ਨੇ 에ਅਰ ਹੋਸਟੈਸ ਵੱਲੋਂ ਕੈਨੇਡਾ ਚ ਸਿਆਸੀ ਸ਼ਰਨ ਲੈਣ ਦੀਆਂ ਖਬਰਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਉਹ ਪੀਕੇ 782 ਰਾਹੀਂ ਪਾਕਿਸਤਾਨ ਪਰਤ ਰਹੀ ਸੀ ਹਾਲੀ ਦੇ ਹਫ਼ਤਿਆਂ ਚ ਪੀਆਈਏ ਦੇ 10 ਤੋਂ ਬਾਅਦ ਕਰਮਚਾਰੀ ਕੈਨੇਡਾ ਪਹੁੰਚਣ ਤੋਂ ਬਾਅਦ ਲਾਪਤਾ ਹੋ ਗਏ ਨੇ ਬੁਲਾਦਿਮਿਰ ਪੁਤਿਨ ਨੇ ਰਾਸ਼ਟਰਪਤੀ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਨਵੇਲਨੀ ਦੀ ਮੌਤ ਤੇ ਆਪਣੀ ਚੁੱਪੀ ਤੋੜੀ ਹੈ। ਉਹ ਪਹਿਲੀ ਵਾਰ ਆਪਣੇ ਸਭ ਤੋਂ ਵੱਡੇ ਵਿਰੋਧੀ ਐਲੈਸਕੀ ਦੀ ਮੌਤ ਤੇ ਬੋਲੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਦੁਖਦੀ ਘਟਨਾ ਹੈ। ਮੈਂ ਕੈਦੀ ਅਤਲਾ ਬਦਲੀ ਵਿੱਚ ਇਲੈਕਸੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਪੁਤਿਨ ਨੇ ਕਈ ਸਾਲਾਂ ਦੇ ਵਿੱਚ ਪਹਿਲੀ ਵਾਰ ਨਾਵਲੀ ਨੂੰ ਨਾਮ ਨਾਲ ਸੰਬੋਧਿਤ ਕੀਤਾ ਹੈ। ਉਹਨਾਂ ਨੇ ਕਈ ਵਾਰ ਐਲੈਸਕੀ ਦਾ ਨਾਮ ਲਿਆ। ਉਹਨਾਂ ਨੇ ਕਿਹਾ ਕਿ ਐਲੈਸਕੀ ਦਾ ਪਛਵੀਂ ਦੇਸ਼ਾਂ ਦੇ ਕੈਦੀਆਂ ਨਾਲ ਅਦਲਾ ਬਦਲੀ ਹੋਣ ਵਾਲੀ ਸੀ ਮੈਂ ਕੇਵਲ ਇੱਕ ਸ਼ਰਤ ਰੱਖੀ ਇਹ ਕਿਹਾ ਗਿਆ ਸੀਗਾ ਕਿ ਅਦਲਾ ਬਦਲੀ ਤਾਂ ਹੀ ਹੋਏਗੀ ਜੇਕਰ ਯਕੀਨੀ ਬਣਾਇਆ ਜਾਏਗਾ ਕੀ ਅਲੈਕਸੀ ਕਦੇ ਵੀ ਰੂਸ ਵਾਪਸ ਨਹੀਂ ਆਏਗਾ ਪਰ ਇਸ ਦਬਾਬ ਵਾਪਰਨ ਤੋਂ ਪਹਿਲਾਂ ਅਲੈਕਸੀ ਦੀ ਮੌਤ ਹੋ ਗਈ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ ਨਾਵਲਨੀ ਦੀ ਟੀਮ ਦੇ ਮੈਂਬਰ ਮਰੀਮ ਦੇ ਪੁੱਤਨ ਦੇ ਕੈਦੀ ਅਦਲਾ ਬਦਲੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੁੱਤ ਨੇ ਨਾਵਲਨੀ ਦੇ ਅਦਲਾ ਬਦਲੀ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਉਹਨਾਂ ਨੇ ਨਾਵਲਨੀ ਨੂੰ ਛਡਾਉਣ ਦੇ ਹੁਕਮ ਦਿੱਤੇ ਸੀ ਨਾਵਲਨੀ ਦੇ ਬੁਲਾਰਾ ਕਿਰਾ ਨੇ ਵੀ ਕਿਹਾ ਕਿ ਉਹਨਾਂ ਨੂੰ ਪਰੋਸਾ ਹੈ ਕਿ ਨੇਵਲਨੀ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਦੇ ਆਦੇਸ਼ ਰਾਸ਼ਟਰਪਤੀ ਪੁਤਿਨ ਨੇ ਖੁਦ ਦਿੱਤੇ ਸੀ ਨਾਈਜਰ ਦੇ ਫੌਜੀ ਸ਼ਾਸਕ ਨੇ ਅਮਰੀਕਾ ਦੇ ਪੈਂਟਾਗਨ ਹਾਊਸ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਨਾਈਜਰ ਦੇ ਫੌਜੀ ਸ਼ਾਸਕ ਨੇ ਹੁਣ ਅਮਰੀਕੀ ਫੌਜਾਂ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਹੈ। ਇਸ ਸੰਦਰਭ ਦੇ ਵਿੱਚ ਨਾਈਜਰ ਦੇ ਫੌਜੀ ਸ਼ਾਸਕਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਦਾ ਹੁਣ ਕੋਈ ਜਾਇਜ਼ ਨਹੀਂ ਹੈ। ਇਹ ਘੋਸ਼ਣਾ ਇਸ ਹਫ਼ਤੇ ਅਮਰੀਕੀ ਡਿਪਲੋਮੇਟਾਂ ਅਤੇ ਫੌਜੀ ਅਧਿਕਾਰੀਆਂ ਨਾਲ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਸਰਕਾਰੀ ਟੀਵੀ ਤੇ ਕੀਤੀ ਗਈ ਹੈ। ਨਾਈਜਰ ਅਫਰੀਕਾ ਦੇ ਸਹੇਲ ਖੇਤਰ ਵਿੱਚ ਅਮਰੀਕੀ ਫੌਜੀ ਕਾਰਵਾਈਆਂ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਦੇਸ਼ ਵਿੱਚ ਇੱਕ ਪ੍ਰਮੁੱਖ ਹਵਾਈ ਅੱਡੇ ਦਾ ਘਾਰ ਹੈ ਅਮਰੀਕਾ ਇਸ ਖੇਤਰ ਵਿੱਚ ਜਿਹਾਦੀ ਹਿੰਸਾ ਦੇ ਫੈਲਣ ਤੋਂ ਚਿੰਤਤ ਹੈ ਜਿੱਥੇ ਸਥਾਨਕ ਸਮੂਹਾਂ ਨੇ ਅਲ ਕਾਇਦਾ ਤੇ ਇਸਲਾਮਿਕ ਸਟੇਟ ਦੇ ਕੱਟੜਪੰਥੀ ਸਮੂਹਾਂ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਹੈ ਫੌਜੀ ਸ਼ਾਸਨ ਦੇ ਬੁਲਾਰੇ ਕਰਨਲ ਮੇਜਰ ਅਮਾਦੋ ਨੇ ਬਿਆਨ ਪੜ੍ਹਦੇ ਹੋਏ ਇਹ ਨਹੀਂ ਕਿਹਾ ਕਿ ਅਮਰੀਕੀ ਫੌਜਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ ਅਮਰੀਕੀ ਸੈਨਿਕਾਂ ਨੂੰ ਦੇਸ਼ ਤੋਂ ਕੱਢਣ ਦੇ ਲਈ ਅੰਦੋਲਨ ਸ਼ੁਰੂ ਕਰਨ ਦੇ ਨਾਲ ਨਾਲ ਨਾਈਜਰ ਨੇ ਵੀ ਆਪਣੀਆਂ ਉਡਾਣਾਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਨਾਈజర్ ਨੇ ਅਮਰੀਕਾ ਦੇ ਨਾਲ ਫੌਜੀ ਸਹਿਯੋਗ ਨੂੰ ਰੋਕ ਦਿੱਤਾ ਇਹ ਕਹਿੰਦੇ ਹੋਏ ਕਿ ਹਾਲੀ ਦੇ ਹਫ਼ਤਿਆਂ 'ਚ ਦੇਸ਼ ਵਿੱਚੋਂ ਲੰਘਣ ਵਾਲੀਆਂ ਅਮਰੀਕੀ ਉਡਾਣਾਂ ਗੈਰਕਾਨੂੰਨੀ ਸੀ ਪਿਛਲੇ ਸਾਲ ਜੁਲਾਈ 'ਚ ਫੌਜ ਨੇ ਦੇਸ਼ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਬਾਜ਼ਦੂਮ ਦਾ ਤਖਤਾ ਪਲਟ ਦਿੱਤਾ ਸੀ ਉਦੋਂ ਤੋਂ ਨਾਈజర్ ਨੇ ਯੂਰੋਪੀਅਨ ਯੂਨੀਅਨ ਨਾਲ ਆਪਣੀ ਸੁਰੱਖਿਆ ਭਾਈਵਾਲੀ ਖਤਮ ਕਰ ਦਿੱਤੀ ਅਤੇ ਫਰਾਂਸ ਨੇ ਦੇਸ਼ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਿਆ ਹੈ ਟ੍ਰਾਂਟੋ ਵਿੱਚ ਟ੍ਰੈਫਿਕ ਸਟਾਪ ਦੌਰਾਨ ਇੱਕ ਗੱਡੀ ਦੀ ਲਈ ਗਈ ਤਲਾਸ਼ੀ ਵਿੱਚ ਪੁਲਿਸ ਨੂੰ ਨਸ਼ੇ ਤੇ ਦੋ ਹੈਂਡਗਨਸ ਮਿਲੀਆਂ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਚਾਰਜ ਕੀਤੇ ਗਏ ਤਿੰਨ ਵਿਅਕਤੀਆਂ ਚ ਇੱਕ 16 ਸਾਲਾਂ ਦਾ ਲੜਕਾ ਵੀ ਸ਼ਾਮਲ ਸੀ ਕਿੰਗ ਵੈਸਟ ਵਿਲੇਜ ਦੇ ਸਾਕ ਸਟਰੀਟ ਤੇ ਸ਼ੌਅ ਸਟਰੀਟ ਇਲਾਕੇ ਚ 17 ਮਾਰਚ ਨੂੰ ਰਾਤੀ 10:30 ਵਜੇ ਦੇ ਨੇੜੇ ਤੇੜੇ ਪੁਲਿਸ ਨੇ ਇੱਕ ਗੱਡੀ ਨੂੰ ਰੋਕਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੱਡੀ ਦੀ ਤਲਾਸ਼ੀ ਲੈ ਜਾਣ ਉੱਤੇ ਉਸ ਵਿੱਚੋਂ ਭਾਰੀ ਮਾਤਰਾ ਚ ਨਸ਼ੇ ਤੇ ਦੋ ਹਥਿਆਰ ਮਿਲਣ ਤੋਂ ਬਾਅਦ ਪੁਲਿਸ ਨੇ ਕੈਨਾਬਿਸ ਕੰਟਰੋਲ ਐਕਟ ਤਹਿਤ ਤਿੰਨ ਵਿਅਕਤੀਆਂ ਨੂੰ ਨਜ਼ਰਬੰਦ ਕਰ ਲਿਆ ਸੋਮਾਰ ਨੂੰ ਪੁਲਿਸ ਨੇ ਦੱਸਿਆ ਕਿ ਟ੍ਰਾਂਟੋ ਦੇ 23 ਸਾਲਾ ਟੈਵਨ ਨੂੰ ਕਈ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟ੍ਰਾਂਟੋ ਦੇ 19 ਸਾਲਾ ਮਾਈਕਲ ਉੱਤੇ ਵੀ ਕਈ ਚਾਰजेस ਲਾਏ ਗਏ ਨੇ ਇਸੇ ਤਰ੍ਹਾਂ ਟ੍ਰਾਂਟੋ ਦੇ 16 ਸਾਲਾ ਲੜਕੇ ਨੂੰ ਵੀ ਅਜਿਹੇ ਚਾਰजेस ਦਾ ਹੀ ਸਾਹਮਣਾ ਕਰਨਾ ਹੋਵੇਗਾ ਨਬਾਲਗ ਹੋਂਦ ਕਾਰਨ ਉਸਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ ਫلسطੀਨ ਨੂੰ ਆਜ਼ਾਦ ਦੇਸ਼ ਦਾ ਦਰਦਾ ਦੇਣ ਦੇ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ ਮਤਾ ਥੋੜੀ ਜੱਦੋ ਜਹਿਦ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਲਿਬਰਲਾਂ ਵੱਲੋਂ ਇਸ ਵਿੱਚ ਕਾਫੀ ਸੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਲਿਬਰਲਾਂ ਨੇ ਇਹ ਸੰਕੇਤ ਦਿੱਤਾ ਕਿ ਉਹ ਵਿਰੋਧੀ ਧਿਰ ਨੂੰ ਆਪਣੀ ਵਿਦੇਸ਼ ਨੀਤੀ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦੇਣਗੇ ਪਰ ਸਰਕਾਰ ਦੇ ਹਾਊਸ ਲੀਡਰ ਸਟੀਵਨ ਨੇ ਸਾਰੇ ਐਮਪੀਜ਼ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਬਹਿਸ ਦੇ ਆਖਰੀ ਪਲ ਐਨਡੀਪੀ ਵੱਲੋਂ ਪੇਸ਼ ਮਤੇ ਦੇ ਕੁਝ ਹਿੱਸਿਆਂ 'ਚ ਸੋਧ ਕਰਨ ਤੋਂ ਬਾਅਦ ਉਸ ਨੂੰ ਅੱਗੇ ਵਧਾ ਦਿੱਤਾ ਇਸ ਮਤੇ ਉੱਤੇ ਲਗਭਗ ਸਾਰਾ ਦਿਨ ਬਹਿਸ ਚੱਲੀ ਪਰ ਆਖਰਕਾਰ ਐਨਡੀਪੀ ਦਾ ਇਸ ਅੰਕੇਤਾਤਮਕ ਮਤਾ 117 ਦੇ ਮੁਕਾਬਲੇ 204 ਵੋਟਾਂ ਦੇ ਨਾਲ ਪਾਸ ਹੋ ਗਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲਗਭਗ ਸਾਰੇ ਲਿਬਰਲ ਐਮਪੀਜ਼ ਅਤੇ ਐਨਡੀਪੀ ਬਲਾਕ ਕਯੂਬਕਯਾ ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਮਤੇ ਦੇ ਹੱਕ ਚ ਵੋਟ ਪਾਈ ਪਰ ਕੰਜ਼ਰਵੇਟਿਵ ਆਗੂ ਪੀਅਰ ਤੇ ਉਹਨਾਂ ਦੀ ਪਾਰਟੀ ਨੇ ਮਤੇ ਦੇ ਖਿਲਾਫ ਵੋਟ ਪਾਈ ਮਤੇ ਵਿੱਚ ਆਖਿਆ ਗਿਆ ਸੀਗਾ ਕਿ ਫੈਡਰਲ ਸਰਕਾਰ ਨੂੰ 9 ਕਦਮ ਚੁੱਕਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਜੰਗਬੰਦੀ ਦੀ ਮੰਗ ਕਰਨ ਚਾਹੀਦੀ ਹੈ ਫਿਰ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਇਜ਼ਰਾਈਲ ਨਾਲ ਫੌਜੀ ਵਸਤਾਂ ਦੇ ਵਪਾਰ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ ਤੇ ਇਸ ਤੋਂ ਵੀ ਵੱਧ ਕੇ ਹਮਸ ਨੂੰ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਕਰਨੀ ਚਾਹੀਦੀ ਹੈ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਲਸਤੀਨ ਦੀਆਂ ਟੈਰੀਟਰੀਜ਼ ਉੱਤੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਣ ਦੀ ਪੈਰਵੀ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਗਾਜ਼ਾ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਦੇ ਲਈ ਕੈਨੇਡਾ ਸਰਕਾਰ ਨੂੰ ਆਰ ਜੀ ਰੀਜ਼ੀਡੈਂਟ ਵੀਜ਼ਾ ਲਈ ਰੱਖੀ ਗਈ 1000 ਵਿਅਕਤੀਆਂ ਦੀ ਸੀਮਾ ਨੂੰ ਵੀ ਵਧਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਇੰਤਹਾ ਪਸੰਦਾਂ ਨੂੰ ਕੈਨੇਡਾ ਵਿੱਚ ਸੈਟਲ ਨਹੀਂ ਹੋਣ ਦੇਣਾ ਚਾਹੀਦਾ ਤੇ ਇਜ਼ਰਾਈਲ ਦੇ ਵजूद ਨੂੰ ਕਾਇਮ ਰੱਖਣ ਤੇ ਗੁਆਂਢੀਆਂ ਨਾਲ ਸ਼ਾਂਤੀ ਬਹਾਲ ਕਰਨ ਵਿੱਚ ਵੀ ਮਦਦ ਕਰਨੀ ਚਾਹੀਦੀ ਹੈ ਕੈਨੇਡੀਅਨ ਇਤਿਹਾਸ ਦੀਆਂ ਸਭ ਤੋਂ ਮੰਦਭਾਗੀਆਂ ਘਟਨਾਵਾਂ ਵਿੱਚੋਂ ਇੱਕ ਓਟਾਵਾ ਕਤਲकांड ਦੌਰਾਨ ਜਾਨ ਗੁਆਉਣ ਵਾਲੇ 6 ਜਣਿਆਂ ਦੀਆਂ ਅੰਤਮ ਰਸਮਾਂ 'ਚ ਸੈਂਕੜੇ ਲੋਕ ਇਕੱਤਰ ਹੋਏ ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸੰਬੰਧਿਤ ਲੋਕ ਹਾਜ਼ਰ ਸੀ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। শ্রীলੰਕਨ ਪਰਿਵਾਰ ਬੁੱਧ ਧਰਮ ਨੂੰ ਮੰਨਦਾ ਸੀ ਅਤੇ ਅੰਤਮ ਰਸਮਾਂ ਮੌਕੇ ਵੀ ਮਨੁੱਖ ਨੂੰ ਗੁੱਸੇ ਦੀ ਬਜਾਏ ਇੱਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਦਿੱਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ 35 ਸਾਲ ਦੀ ਦਰਸ਼ਨੀ ਅਤੇ ਉਸ ਚਾਰ ਬੱਚਿਆਂ ਨੂੰ ਇੱਕ ਕਮਾਂਤਰੀ ਵਿਦਿਆਰਥੀ ਨੇ ਬਹਿਰੈਮੀ ਨਾਲ ਕਤਲ ਕਰ ਦਿੱਤਾ ਸੀ ਬੱਚਿਆਂ ਦੀ ਉਮਰ 2 ਮਹੀਨੇ ਤੋਂ 7 ਸਾਲ ਦਰਮਿਆਨ ਸੀ ਬੱਚਿਆਂ ਦਾ ਪਿਤਾ ਜ਼ਖਮੀ ਤਾਂ ਹੋਇਆ ਪਰ ਉਸ ਦੀ ਜਾਨ ਬਚ ਗਈ ਪਰ ਪਰਿਵਾਰ ਦੇ ਇੱਕ دوست ਨੂੰ ਜਾਨ ਗਵਾਉਣੀ ਪਈ ਤੁਨਸ਼ਕਾ ਵਿਕਰਮ ਸਿੰਘੇ ਆਪਣੇ ਪਰਿਵਾਰ ਦੀ ਅੰਤਮ ਰਸਮਾਂ ਦੌਰਾਨ ਪ੍ਰਾਈਵੇਸੀ ਚਾਹੁੰਦਾ ਸੀ ਪਰ ਲੋਕ ਆਪ ਮੁਹਾਰੇ ਆਉਂਦੇ ਗਏ ਅਤੇ ਵੱਡਾ ਇਕੱਠ ਹੋਇਆ ਬੁਲਾਰਿਆਂ ਨੇ ਕਿਹਾ ਕਿ ਕੋਈ ਵੀ ਇਨਸਾਨ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕਨੇਡਾ ਆਉਂਦਾ ਹੈ ਪਰ ਅਜਿਹੇ ਆਰਦਾਤਾ ਸਭ ਕੁਝ ਬਰਬਾਦ ਕਰ ਦਿੰਦੀਆਂ ਨੇ ਬੁੱਧ ਧਰਮ ਤੋਂ ਇਲਾਵਾ ਇਸਾਈ ਰਿਵਾਜਾਂ ਤੇ ਇਸਲਾਮਿਕ ਰਸਮਾਂ ਮੁਤਾਬਕ ਵੀ ਵਿਚੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਰਹੀ ਚੇਤੇ ਰਹੇ ਕਿ 19 ਸਾਲ ਦੇ ਕਮਾਂਤਰੀ ਵਿਦਿਆਰਥੀ ਫੈਬ੍ਰਿਓ ਨੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ ਜੋ ਪਿਛਲੇ ਕਾਫੀ ਸਮੇਂ ਤੋਂ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਜੇਮਸ ਜੋ ਉਸ ਨਾਬਾਲਗ ਵਿਦਿਆਰਥੀ ਦਾ ਪਿਤਾ ਹੈ ਜਿਸਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਆਕਸਫੋਰਡ ਹਾਈ ਸਕੂਲ 'ਚ 3 ਨਵੰਬਰ 2021 ਨੂੰ ਕਰੋਲੀਆਨ ਦੀ ਗੰਨ ਨਾਲ ਗੋਲੀਆਂ ਮਾਰ ਕੇ ਚਾਰ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਇੱਕ ਅਧਿਆਪਕ ਸਮੇਤ 6 ਹੋਰ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਦੀ ਖਬਰ ਹੈ ਰੁੰਬਲੇ ਨੂੰ 4 ਦੋਸ਼ਾਂ ਦੇ ਤਹਿਤ ਗੈਰ ਇਰਾਦਾ ਹਤਿਆਵਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਇੱਕ ਮਹੀਨਾ ਪਹਿਲਾਂ ਅਦਾਲਤ ਨੇ ਵਿਦਿਆਰਥੀ ਦੀ ਮਾਂ ਜੈਨੀਫਰ ਨੂੰ ਵੀ ਇਹਨਾਂ ਦੋਸ਼ਾਂ ਤਹਿਤ ਹੀ ਦੋਸ਼ੀ ਕਰਾਰ ਦਿੱਤਾ ਇਸ ਤੋਂ ਪਹਿਲਾਂ ਆਪਣੀ ਬਹਿਸ ਮੁਕੰਮਲ ਕਰਦੇ ਹਾਂ ਸਰਕਾਰੀ ਵਕੀਲ ਨੇ ਕਿਹਾ ਕਿ ਜੇਮਸ ਦੀ ਸਿਰੇ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਸੀ ਜਿਸ ਨੇ ਹਮਲੇ ਤੋਂ ਇੱਕ ਦਿਨ ਪਹਿਲਾਂ ਆਪਣੇ ਪੁੱਤਰ ਨੂੰ 9 ਐਮ ਐਮ ਦੀ ਗਨ ਲਿਆ ਕੇ ਦਿੱਤੀ ਸੀ ਪਰ ਉਹ ਗਨ ਦੀ ਸੰਭਾਲ ਕਰਨ ਵਿੱਚ ਅਸਫਲ ਰਿਹਾ ਤੇ ਉਸ ਨੇ ਆਪਣੇ ਪੁੱਤਰ ਦੀ ਮਾਨਸਿਕ ਹਾਲਤ ਨੂੰ ਵੀ ਨਹੀਂ ਸਮਝਿਆ ਅਦਾਲਤ ਪਤੀ ਪਤਨੀ ਨੂੰ ਸਜ਼ਾ ਸੁਣਾਉਣ ਦੇ ਲਈ 9 ਅਪ੍ਰੈਲ ਦੀ ਤਾਰੀਖ ਨਿਸ਼ਚਿਤ ਕੀਤੀ ਹੈ ਜੱਜ ਨੇ ਕਿਹਾ ਕਿ 9 ਅਪ੍ਰੈਲ ਨੂੰ ਸਵੇਰੇ 9 ਵਜੇ ਸਜ਼ਾ ਸੁਣਾਈ ਜਾਏਗੀ ਫੈਸਲੇ ਉਪਰੰਤ ਜੇਮਸ ਨੂੰ ਹਥਕੜੀ ਲਾ ਕੇ ਅਦਾਲਤ ਤੋਂ ਬਾਹਰ ਲਜਾਇਆ ਗਿਆ ਫੈਸਲਾ ਸੁਣਾਉਣ ਸਮੇਂ ਪੀੜਤ ਮਾਪੇ ਵੀ ਹਾਜ਼ਰ ਸਨ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੇ ਅਤਵਾਦ ਵਿਰੋਧੀ ਮਿਹਨ ਦੇ ਦੌਰਾਨ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਇਸ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਕਿਹਾ ਸੀਗਾ ਕਿ ਉਸਨੇ ਅਫਗਾਨਿਸਤਾਨ ਦੇ ਵਿੱਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨਾਲ ਜੁੜੇ ਅਤਵਾਦੀਆਂ ਦੇ ਹਵਾਈ ਹਮਲੇ ਕੀਤੇ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਕਿ ਅਮਰੀਕਾ ਅਫਗਾਨਿਸਤਾਨ ਤੇ ਸ਼ਾਸਨ ਕਰਨ ਵਾਲੇ ਤਾਲੀਬਾਨ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਫਗਾਨਿਸਤਾਨ ਦੇ ਨੂੰ ਅਤਵਾਦੀ ਹਮਲੇ ਕਰਨ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ। ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਸਨੇ ਅਫਗਾਨਿਸਤਾਨ ਦੇ ਟੀਟੀਪੀ ਦੇ ਅਤਵਾਦੀਆਂ ਤੇ ਹਵਾਈ ਹਮਲੇ ਕੀਤੇ ਜਦੋਂ ਕਿ ਪਾਕਿਸਤਾਨ ਦੇ ਅਸ਼ਾਂਤ ਸ਼ਹਿਰਾਂ 'ਚ ਹਾਲ ਹੀ ਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਟੀਟੀਪੀ ਦੇ ਹਾਫਿਜ਼ ਗੁਲ ਬਹਾਦਰ ਸਮੂਹ ਨਾਲ ਸੰਬੰਧਿਤ ਅਤਵਾਦੀਆਂ ਨੇ ਹਮਲਾ ਕੀਤਾ ਸੀ। ਸਮੂਹ ਨੇ ਸ਼ਨੀਵਾਰ ਨੂੰ ਫੌਜ ਦੀ ਇੱਕ ਚੌਂਕੀ ਤੇ ਹੋਏ ਹਮਲੇ ਦੇ ਜ਼ਿੰਮੇਵਾਰੀ ਲਈ ਸੀ ਜਿਸ ਵਿੱਚ ਦੋ ਅਫਸਰਾਂ ਸਮੇਤ ਸੱਤ ਜਵਾਨ ਮਾਰੇ ਗਏ ਸੇ ਅਫਗਾਨ ਤਾਲਿਬਾਨ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਹਮਲਿਆਂ ਚ ਤਿੰਨ ਬੱਚਿਆਂ ਸਮੇਤ ਘੱਟੋ ਘੱਟ 8 ਨਾਗਰਿਕ ਮਾਰੇ ਗਏ ਉਸਨੇ ਕਾਬੁਲ ਦੇ ਵਿੱਚ ਪਾਕਿਸਤਾਨੀ ਦੂਤਕਰ ਤੇ ਰਾਜਦੂਤ ਨੂੰ ਤਲਬ ਕਰਕੇ ਸਖਤ ਵਿਰੋਧ ਦਰਜ ਕਰਵਾਇਆ ਅਗਲੇ 4 ਸਾਲਾਂ ਦੇ ਵਿੱਚ ਬ੍ਰਿਟੇਨ ਦੇ ਵਿੱਚ ਉੱਡਣ ਵਾਲੀਆਂ ਟੈਕਸੀਆਂ ਚੱਲਣਗੀਆਂ ਇਹ ਹੈਲੀਕਾਪਟਰ ਤੋਂ ਤੇਜ਼ ਚੱਲਣਗੀਆਂ ਤੇ ਇਹਨਾਂ ਦੀ ਸੇਵਾ ਮੁਕਾਬਲਤਨ ਕਾਫੀ ਸਸਤੀ ਤੇ ਘੱਟ ਪ੍ਰਦੂਸ਼ਣ ਵਾਲੀ ਹੋਏਗੀ ਬ੍ਰਿਟੇਨ ਸਰਕਾਰ ਨੇ ਇਸ ਫਲਾਈਂਗ ਸਰਵਿਸ ਦਾ ਐਲਾਨ ਕਰ ਦਿੱਤਾ ਹੈ ਇਹ ਟੈਕਸੀਆਂ 100 ਮੀਲ ਤੋਂ 150 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਐਵੀਏਸ਼ਨ ਫਿਊਲ ਦੀ ਜਗ੍ਹਾ ਬੈਟਰੀ ਨਾਲ ਉੱਡਣਗੀਆਂ ਇਸ ਕਾਰਨ ਇਹਨਾਂ ਨਾਲ ਪ੍ਰਦੂਸ਼ਣ ਘੱਟ ਹੋਏਗਾ ਬ੍ਰਿਟੇਨ ਵਿੱਚ ਕਈ ਕੰਪਨੀਆਂ ਫਲਾਈਂਗ ਟੈਕਸੀ ਤੇ ਡਰੋਨਾਂ ਤੇ ਕੰਮ ਕਰ ਰਹੀਆਂ ਹਨ ਪਰ ਹਵਾਵਾਜੀ ਮੰਤਰਾਲਾ ਵੱਲੋਂ ਉਹਨਾਂ ਨੂੰ ਲਾਇਸੈਂਸ ਜਾਰੀ ਨਹੀਂ ਕੀਤੇ ਗੇ ਬ੍ਰਿਟੇਨ ਦੀ ਕੰਪਨੀ ਵਰਟੀਕਲ ਸਪੇਸ ਨੇ D V X 4 ਨਾਮ ਦੀ ਟੈਕਸੀ ਤਿਆਰ ਕੀਤੀ ਹੈ ਪਰਖ ਉਡਾਣ ਜਿਸ ਨੇ ਲਿਵਰਪੂਲ ਤੋਂ ਲੀਡ ਤੱਕ ਦੀ ਦੂਰੀ ਕੇਵਲ 26 ਮਿੰਟਾਂ ਸਹਿ ਕੀਤੀ ਹੈ ਜਦੋਂ ਕਿ ਕਾਰ ਵਿੱਚ ਇਹ ਦੂਰੀ ਤੈਅ ਕਰਨ ਚ 90 ਮਿੰਟ ਲੱਗਦੇ ਨੇ ਬ੍ਰਿਟੇਨ ਦਾ ਸ਼ਹਿਰੀ ਹਵਾਵਾਜ਼ੀ ਮੰਤਰਾਲਾ ਫਲਾਈਟ ਐਕਸ਼ਨ ਪਲਾਨ ਤੇ ਕੰਮ ਕਰ ਰਿਹਾ ਹੈ ਉਹ ਕੰਪਨੀਾਂ ਲਈ ਜਲਦੀ ਹੀ ਲਾਇਸੈਂਸਿੰਗ ਪ੍ਰਕਿਰਿਆ ਸ਼ੁਰੂ ਕਰੇਗਾ ਸ਼ਹਿਰਾਂ ਚ ਪ੍ਰਾਂਦਾ ਨੂੰ ਰੋਕਣ ਦੇ ਲਈ ਲੰਡਨ ਪੁਲਿਸ ਡਰੋਨ ਤਾਇਨਾਤ ਕਰੇਗੀ ਪਿਛਲੇ ਸਾਲ ਵੈਸਟ ਮਿਡਲੈਂਡਸ ਚ ਪੁਲਿਸ ਦੀ ਡਰੋਨ ਟੀਮ ਨੇ ਸ਼ੱਕੀ ਜਿਹੜੇ ਦੋ ਸ਼ੱਕੀ ਉਦਮਾਂ ਦੀ ਪਛਾਣ ਕੀਤੀ ਸੀ ਬ੍ਰਿਟੇਨ ਦੀ ਸਰਕਾਰ ਦਾ ਮੰਨਣਾ ਕਿ ਉੱਡਣ ਵਾਲੀਆਂ ਟੈਕਸੀਆਂ 2028 ਤੱਕ ਪੂਰੇ ਦੇਸ਼ ਵਿੱਚ ਕੰਮ ਸ਼ੁਰੂ ਕਰ ਦੇਣਗੀਆਂ ਤੇ 2030 ਤੱਕ ਉੱਥੇ ਬਿਨਾਂ ਪਾਇਲਟ ਵਾਲੀਆਂ ਫਲਾਈਂਗ ਟੈਕਸੀਆਂ ਹੋਣਗੀਆਂ ਇਹ 100 ਮੀਲ ਦੇ ਘੇਰੇ 'ਚ ਉੱਡਣਗੀਆਂ ਭਾਵ ਸ਼ਹਿਰਾਂ ਵਿੱਚ ਫਲਾਈਂਗ ਟੈਕਸੀਆਂ ਦੀਆਂ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਇਹ ਫਲਾਈਂਗ ਟੈਕਸੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ 'ਚ ਮੌਜੂਦਾ ਟੈਕਸੀਆਂ ਦੀ ਤੁਲਨਾ 'ਚ ਬੇਹਦ ਘੱਟ ਸਮਾਂ ਲੈਣਗੀਆਂ ਸੈਂਟਰਲ ਲੰਡਨ ਤੋਂ ਹਿਥਰੋ ਹਵਾਈ ਅੱਡੇ ਤੱਕ ਬਹੁਤ ਤੇਜ਼ੀ ਨਾਲ ਪਹੁੰਚਾ ਦੇਣ ਗਿਆ ਜਦੋਂ ਕਿ ਕਾਰ ਜਾਂ ਟੈਕਸੀ ਵਿੱਚ 52 ਮਿੰਟ ਲੱਗਦੇ ਨੇ ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ